ਹੈਲੋ ਦੋਸਤੋ, ਇਹ ਹੈ ਮਹਿਰਾ ਵੀਡੀਓਜ਼ ਦਾ ਹੈਲਪ ਡੈਸਕ। ਅਤੇ ਦੋਸਤੋ, ਅੱਜ ਦਾ ਇਹ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸੁਜੈਸ਼ਨ ਦਿੰਦਾ ਕਿ ਜੇ ਮੰਨ ਲਓ ਤੁਸੀਂ ਚਾਹੁੰਦੇ ਹੋ ਕਿ ਕੋਈ ਵੀ ਨਵੀਂ ਨੌਕਰੀ ਆਉਂਦੀ, ਕੋਈ ਵੀ ਨਵਾਂ ਰੋਲ ਨੰਬਰ ਆਉਂਦਾ, ਕੋਈ ਵੀ ਨਵਾਂ ਰਿਜ਼ਲਟ ਆਉਂਦਾ ਜਾਂ ਫਿਰ ਕੋਈ ਵੀ ਨਵਾਂ ਨੋਟਿਸ ਆਉਂਦਾ, ਅਤੇ ਦੋਸਤੋ ਉਹਦੀ ਜਾਣਕਾਰੀ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ, ਤਾਂ ਦੋਸਤੋ ਇਹਦੇ ਲਈ ਤੁਸੀਂ ਕਰਨਾ ਕੀ ਆ, ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਸਾਡੀਆਂ ਪੁਰਾਣੀਆਂ ਵੀਡੀਓਜ਼ ਦੇ ਵਿੱਚ ਜਾ ਕੇ ਤੁਸੀਂ ਕੋਈ ਵੀ ਨੌਕਰੀ ਦੀ ਜਾਣਕਾਰੀ ਲੈ ਸਕਦੇ ਹੋ। ਤਾਂ ਦੋਸਤੋ ਹੁਣ ਆਪਾਂ ਵੱਧਦੇ ਆਪਣੇ ਚੈਪਟਰ ਦੇ ਵੱਲ। ਦੋਸਤੋ ਸਾਲ 2016 ਦੇ ਵਿੱਚ ਜਿਹੜਾ SSC ਦਾ ਨੌਨ ਟੈਕਨੀਕਲ ਜਿਹੜਾ 10ਵੀਂ ਬੇਸ 'ਤੇ ਐਗਜ਼ਾਮ ਹੋਇਆ ਸੀ, ਉਹਨਾਂ ਦਾ ਫਾਈਨਲ ਰਿਜ਼ਲਟ ਆ ਚੁੱਕਿਆ। ਮਤਲਬ ਕਿ ਦੋਸਤੋ ਉਹਨਾਂ ਦਾ ਜਿਹੜਾ ਆਖਰੀ ਜਿਹੜਾ ਰਿਜ਼ਲਟ ਹੁੰਦਾ ਉਹ ਆ ਚੁੱਕਿਆ। ਇਦੋਂ ਬਾਅਦ ਦੋਸਤੋ ਸਿਰਫ ਇਹਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ, ਉਹ ਵੀ ਦੋਸਤੋ ਤੁਹਾਨੂੰ ਕਾਲ ਕੀਤੀ ਜਾ ਸੋਰੀ ਕਾਲ ਨਹੀਂ, ਤੁਹਾਨੂੰ ਈਮੇਲ ਦੇ ਥਰੂ ਦੱਸਿਆ ਜਾਏਗਾ ਜਾਂ ਫਿਰ ਤੁਹਾਨੂੰ ਕਾਲ ਲੈਟਰ ਆ ਜਾਣਗੇ ਜਾਂ ਫਿਰ ਔਨਲਾਈਨ ਕਿਸੇ ਵੀ ਤਰ੍ਹਾਂ ਦੋਸਤੋ ਤੁਹਾਨੂੰ ਰੋਲ ਨੰਬਰ ਵਗੈਰਾ ਭੇਜ ਕੇ ਤੁਹਾਨੂੰ ਬੁਲਾ ਸਕਦੇ ਨੇ। ਤਾਂ ਦੋਸਤੋ ਇਹ ਹੈ ਉਹ ਰਿਜ਼ਲਟ ਜਿਹੜਾ ਕਿ ਤੁਸੀਂ ਚੈੱਕ ਕਰ ਸਕਦੇ ਹੋ, ਤੁਸੀਂ ਆਪਣਾ ਨਾਮ ਭਰ ਕੇ ਵੀ ਚੈੱਕ ਕਰ ਸਕਦੇ ਹੋ ਜਾਂ ਫਿਰ ਜੇ ਮੰਨ ਲਓ ਤੁਹਾਡੇ ਕੋਲ ਕੋਈ ਰੋਲ ਨੰਬਰ ਵਗੈਰਾ ਹੈਗਾ ਤਾਂ ਤੁਸੀਂ ਉਹ ਭਰ ਕੇ ਵੀ ਇੱਥੋਂ ਚੈੱਕ ਕਰ ਸਕਦੇ ਹੋ। ਦੋਸਤੋ ਇਹ ਜਿਹੜੀ ਲਿਸਟ ਹੈ, ਇਹ ਲਿਸਟ ਮੈਂ ਅੱਜ ਦੀ ਜਿਹੜੀ ਵੀਡੀਓ ਹੈ ਇਹਦੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਿੱਤਾ ਇਹਦਾ ਲਿੰਕ। ਜਿਵੇਂ ਹੀ ਮੰਨ ਲਓ ਤੁਸੀਂ ਇਹ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਉਹ ਲਿੰਕ 'ਤੇ ਕਲਿੱਕ ਕਰੋਗੇ ਤਾਂ ਇਸ ਤਰ੍ਹਾਂ ਦਾ ਰਿਜ਼ਲਟ ਤੁਹਾਡੇ ਸਾਹਮਣੇ ਸ਼ੋ ਹੋ ਜਾਏਗਾ। ਦੋਸਤੋ ਇਹ ਰਿਜ਼ਲਟ ਹੈ ਜਿਹਦੇ ਵਿੱਚ ਲਿਖਿਆ ਹੋਇਆ ਮਲਟੀ ਟਾਸਕਿੰਗ। ਦੋਸਤੋ ਮੈਂ ਤੁਹਾਨੂੰ ਫਿਰ ਦੱਸਦਾ, ਮਲਟੀ ਟਾਸਕਿੰਗ ਜਿਹੜਾ 10ਵੀਂ ਬੇਸ 'ਤੇ ਟੈਸਟ ਹੋਇਆ ਸੀ SSC ਦਾ ਨੌਨ ਟੈਕਨੀਕਲ, ਉਹਨਾਂ ਦਾ ਰਿਜ਼ਲਟ ਆ ਚੁੱਕਿਆ ਅਤੇ ਫਾਈਨਲ ਰਿਜ਼ਲਟ ਹੈ। ਅਤੇ ਦੋਸਤੋ ਇਹ ਸੀ ਅੱਜ ਦਾ ਆਪਣਾ ਚੈਪਟਰ। ਬਾਕੀ ਦੇ ਚੈਪਟਰ ਦੇ ਲਈ ਮਿਲਦੇ ਹਾਂ ਬਹੁਤ ਜਲਦ। ਤਦ ਤੱਕ ਦੇ ਲਈ ਗੁੱਡ ਬਾਏ।